ਨਿਰਮਲ ਸਿੰਘ ਭੰਗੂ ਦੀ ਫੈਮਿਲੀ ਕੋਲ ਹਰਬਾਂ ਖਰਬਾਂ ਦੀ ਜਾਇਦਾਦ ਆ, ਉਹ ਵੇਚ ਕੇ ਕੁਝ ਚੰਦ ਨਿਵੇਸ਼ਕਾਂ ਨੂੰ ਪੈਸੇ ਦੇਣ ਦੀ ਹਿੰਮਤ ਦਿਖਾਉਣ, ਪ੍ਰੋਪਰਟੀ ਬੇਨਾਮੀ ਉਹਨਾਂ ਦੇ ਬਾਪੂ ਨੇ ਬਚਾ ਕੇ ਰੱਖੀ ਸੀ, ਉਹਨੂੰ ਉਹਨਾਂ ਨੇ ਕਿਉਂ ਖੁਰਦਬਰਦ ਕੀਤੀ? ਉਹਨਾਂ ਦੀ ਫੈਮਿਲੀ ਨੇ ਕਦੇ ਵੀ ਦੇਸ਼ ਦੇ 5,85,00,000 ਨਿਵੇਸ਼ਕਾਂ ਦੇ ਹੱਕ 'ਚ ਖੜਨ ਦੀ ਹਿੰਮਤ ਨਹੀਂ ਕਰੀ। ਜਦੋਂ ਨਿਰਮਲ ਸਿੰਘ ਭੰਗੂ ਜਿਉਂਦੇ ਸੀ, ਉਹਨਾਂ ਨੇ ਵੀ ਕਦੇ ਨਿਵੇਸ਼ਕਾਂ ਦੇ ਹੱਕ 'ਚ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਨਿਰਮਲ ਸਿੰਘ ਭੰਗੂ ਦੀ ਡੈਥ ਹੋਈ ਆ। ਦੇਖੋ, ਪੀੜਤਾਂ ਨੂੰ ਕੋਈ ਬਹੁਤਾ ਇਹਦੇ ਨਾਲ ਫਰਕ ਨਹੀਂ ਪਿਆ। ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਿਛਲੇ ਦਿਨਾਂ ਵਿੱਚ ਹੋਈ ਮੌਤ ਦੇ ਬਾਅਦ ਉਹਨਾਂ ਦੀ ਬੇਟੀ ਨੇ ਜ਼ਰੂਰ ਕਿਹਾ ਗਿਆ ਕਿ ਜਿਹਨੇ ਲੋਕਾਂ ਦੇ ਪੈਸੇ ਲੱਗੇ ਸੀ ਅਸੀਂ ਪੈਸੇ ਮੋੜਾਂਗੇ। ਹਾਲਾਂਕਿ ਸਰਕਾਰ ਵੱਲੋਂ ਵੀ ਇਹ ਹੁਕਮ ਜਾਰੀ ਕੀਤੇ ਗਏ ਸੀ ਜਿਹੜੀ ਪ੍ਰੋਪਰਟੀਆਂ ਉਹ ਨਿਲਾਮ ਕਰਕੇ ਪੈਸੇ ਮੋੜੇ ਜਾਣਗੇ। ਪਰ ਇੱਕ ਚਰਚਾ ਨਾਲ ਇਹ ਵੀ ਹੁੰਦੀ ਹੈ, ਨਿਰਮਲ ਸਿੰਘ ਭੰਗੂ ਬਰਨਾਲੇ ਨਾਲ ਜੁੜੇ ਹੋਏ ਨੇ, ਬਰਨਾਲੇ ਨਾਲ ਰਹੇ ਹੋਏ ਨੇ, ਇੱਥੋਂ ਪਰਲ ਕੰਪਨੀ ਦਾ ਜਿਹੜੀ ਸ਼ੁਰੂਆਤ ਕੀਤੀ ਗਈ ਉਸਦੀ ਸੱਚਾਈ ਜਾਣਾਂਗੇ। ਅੱਜ ਸਾਡੇ ਨਾਲ ਮਹਿੰਦਰ ਸਿੰਘ ਦਾਨਗੜ, ਜਿਨ੍ਹਾਂ ਨੇ ਇਨਸਾਫ ਨੂੰ ਲੈ ਕੇ ਇੱਕ ਜਥੇਬੰਦੀ ਖੜੀ ਕੀਤੀ, ਵੱਖ ਵੱਖ ਜ਼ਿਲ੍ਹਿਆਂ 'ਚ ਵੱਖ ਵੱਖ ਸਟੇਟਾਂ ਜਾ ਕੇ ਧਰਨੇ ਪ੍ਰਦਰਸ਼ਨ ਕੀਤੇ, ਪਰਲ ਦੇ ਜਿਹੜੇ ਪੈਸੇ ਇਨਵੈਸਟ ਹੋਏ ਸੀ ਲੋਕਾਂ ਦੇ ਵਾਪਸ ਦਿਲਾਉਣ ਵਾਸਤੇ। ਮਹਿੰਦਰ ਸਿੰਘ ਦਾਨਗੜ ਜੀ, ਪਰਲ ਦੇ ਮਾਲਕ ਨਿਰਮਲ ਸਿੰਘ ਭੰਗੂ ਨਹੀਂ ਰਹੇ, ਜੇਲ੍ਹ 'ਚ ਸੀ, ਦੇਹਾਂਤ ਹੁੰਦਾ, ਅਤੇ ਉਹਨਾਂ ਦੀ ਬੇਟੀ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ ਪੈਸੇ ਮੋੜਾਂਗੇ। ਪਹਿਲਾਂ ਸਰਕਾਰ ਦਾ ਵੀ ਆਇਆ ਸੀ ਪ੍ਰੋਪਰਟੀ ਨਿਲਾਮੀ ਕਰਕੇ ਮੋੜਾਂਗੇ, ਕਿਸ ਤਰ੍ਹਾਂ ਦੇਖਦੇ ਉਹਨੂੰ ਜੀ? ਦੇਖੋ, 2 ਫਰਵਰੀ 2016 ਦੇ ਵਿੱਚ ਪਰਲ ਗਰੁੱਪ ਅਤੇ ਉਹਦੇ ਨਿਵੇਸ਼ਕਾਂ ਲਈ ਇੱਕ ਡਿਸੀਜਨ ਆ ਗਿਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿ ਪਰਲ ਗਰੁੱਪ ਦੀਆਂ ਪ੍ਰੋਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਦਿੱਤੇ ਜਾਣ। ਔਰ ਇਹ ਡਿਊਟੀ ਭੰਗੂ ਦੀ ਨਹੀਂ ਸੀ ਹੈਗੀ, ਨਾ ਭੰਗੂ ਦੀ ਕੰਪਨੀ ਦੀ ਸੀ, ਨਾ ਉਹਦੀ ਮੈਨੇਜਮੈਂਟ ਦੀ ਸੀ। ਇਹ ਡਿਊਟੀ ਹੈ ਸੇਬੀ ਦੀ, RM ਲੋਢਾ ਸਾਬਕਾ ਚੀਫ ਜਸਟਿਸ, ਉਹਦੇ ਚੇਅਰਮੈਨ ਨੇ ਕਮੇਟੀ ਦੇ, ਉਹਨਾਂ ਨੇ ਵੇਚ ਕੇ ਲਾਉਣਾ। ਅੱਜ ਨਿਰਮਲ ਸਿੰਘ ਭੰਗੂ ਦੀ ਡੈਥ ਹੋਈ ਆ। ਦੇਖੋ, ਪੀੜਤਾਂ ਨੂੰ ਕੋਈ ਬਹੁਤਾ ਇਹਦੇ ਨਾਲ ਫਰਕ ਨਹੀਂ ਪਿਆ ਕਿਉਂਕਿ ਪੈਸੇ ਕਮੇਟੀ ਨੇ ਦੇਣੇ ਆ। ਦੂਜੇ, ਜਿਹੜੀ ਉਹਨਾਂ ਦੀ ਬੇਟੀ ਵੱਲੋਂ ਸਟੇਟਮੈਂਟ ਦਿੱਤੀ ਗਈ ਆ, ਮੈਂ ਉਹਦੇ 'ਤੇ ਵੀ ਪ੍ਰਤੀਕਰਮ ਦੇਣਾ ਚਾਹੁੰਦਾ ਕਿ ਉਹਨਾਂ ਦੀ ਫੈਮਿਲੀ ਨੇ ਕਦੇ ਵੀ ਦੇਸ਼ ਦੇ 5,85,00,000 ਨਿਵੇਸ਼ਕਾਂ ਦੇ ਹੱਕ 'ਚ ਖੜਨ ਦੀ ਹਿੰਮਤ ਨਹੀਂ ਕਰੀ। ਜਦੋਂ ਨਿਰਮਲ ਸਿੰਘ ਭੰਗੂ ਜਿਉਂਦੇ ਸੀ, ਉਹਨਾਂ ਨੇ ਵੀ ਕਦੇ ਨਿਵੇਸ਼ਕਾਂ ਦੇ ਹੱਕ 'ਚ ਹਾਂ ਦਾ ਨਾਰਾ ਨਹੀਂ ਮਾਰਿਆ। ਅੱਜ ਉਹਨਾਂ ਦੀ ਜਿਹੜੀ ਬੇਟੀ ਦੀ ਇਹ ਸਟੇਟਮੈਂਟ ਆ, ਮੈਂ ਪਹਿਲਾਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਉਹਨਾਂ 'ਤੇ ਖੁਦ ਇਹ ਬਲੇਮ ਲੱਗਦੇ ਆ ਕਿ ਉਹ ਰੋਕ ਦੇ ਬਾਵਜੂਦ ਪਰਲ ਦੀਆਂ ਪ੍ਰੋਪਰਟੀਆਂ ਨੂੰ ਖੁਰਦਬੁਰਦ ਕਰ ਰਹੇ ਆ। ਜੇ ਉਹ ਲੋਕਾਂ ਨੂੰ ਪੈਸੇ ਦਬਾਉਣੇ ਚਾਹੁੰਦੇ ਆ, ਇੱਕ ਤਾਂ ਉਹ ਸਪਸ਼ਟੀਕਰਨ ਦੇਣ ਕਿ ਜਿਹੜੇ ਉਹਨਾਂ ਨੇ ਪ੍ਰੋਪਰਟੀ ਬੇਨਾਮੀ ਉਹਨਾਂ ਦੇ ਬਾਪੂ ਨੇ ਬਚਾ ਕੇ ਰੱਖੀ ਸੀ, ਉਹਨੂੰ ਉਹਨਾਂ ਨੇ ਕਿਉਂ ਖੁਰਦਬਰਦ ਕੀਤਾ। ਦੂਜਾ, ਅਗਰ ਉਹ ਲੋਕਾਂ ਦੇ ਪੈਸੇ ਦਬਾਉਣੇ ਚਾਹੁੰਦੇ ਆ, ਅੱਜ ਨਿਰਮਲ ਸਿੰਘ ਭੰਗੂ ਦੀ ਫੈਮਿਲੀ ਕੋਲ ਹਰਬਾਂ ਖਰਬਾਂ ਦੀ ਜਾਇਦਾਦ ਆ, ਉਹ ਵੇਚ ਕੇ ਕੋਈ ਚੰਦ ਨਿਵੇਸ਼ਕਾਂ ਨੂੰ ਪੈਸੇ ਦੇਣ ਦੀ ਹਿੰਮਤ ਦਿਖਾਉਣ ਕਿ ਉਹਨਾਂ ਨੇ ਆਪਦੀ ਪ੍ਰੋਪਰਟੀ ਜਿਹੜੀ ਪਰਲ ਦੇ ਪੈਸੇ ਨਾਲ ਖਰੀਦੀ ਗਈ ਸੀ ਨਾ ਲੋਕਾਂ ਦੇ ਨਾਲ, ਉਹੀ ਉਹਨਾਂ ਦੇ ਕੋਲ ਅੱਜ ਪ੍ਰੋਪਰਟੀ ਆ, ਉਹ 'ਚੋਂ ਕੁਝ ਹਿੱਸਾ ਵੇਚ ਕੇ ਆਪਦੇ ਲੈਵਲ 'ਤੇ ਉਹ ਨਿਵੇਸ਼ਕਾਂ ਨੂੰ ਦੇਣ ਜਿਹੜੇ ਅੱਜ ਵਿਚਾਰੇ ਬਿਮਾਰ ਨੇ ਜਾਂ ਕਿਸੇ ਦੇ ਘਰ ਨਹੀਂ ਹੈਗਾ, ਕਿਸੇ ਨੇ ਕੁੜੀ ਵਿਆਹੁਣੀ ਆ, ਬਹੁਤ ਵੱਡੇ ਪ੍ਰੋਬਲਮਾਂ 'ਚ ਘਿਰੇ ਹੋਏ ਨੇ। ਆਪਣੀ ਖੂਨ ਪਸੀਨੇ ਦੀ ਕਮਾਈ ਤਾਂ ਉਹਨਾਂ ਨੇ ਨਿਰਮਲ ਸਿੰਘ ਭੰਗੂ 'ਤੇ ਵਿਸ਼ਵਾਸ ਕਰਕੇ ਪਰਲ ਗਰੁੱਪ ਨੂੰ ਦੇਤੀ, ਅਤੇ ਅੱਜ ਜੇ ਉਹਦਾ ਫੈਮਿਲੀ ਬਾਕੀ ਇਹ ਗੱਲ ਨੂੰ ਕਹਿੰਦੇ ਆ ਅਤੇ ਇਹ ਸ਼ੁਰੂਆਤ ਕਰਨ, ਬਾਕੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਵੀ ਆਓ ਸਰਕਾਰਾਂ ਨਾਲ ਟੱਕਰ ਲਈਏ, ਜਿਹੜੀ ਸਰਕਾਰ ਨੇ ਆਪਦੇ ਕਬਜ਼ੇ 'ਚ ਪਰਲ ਗਰੁੱਪ ਦੀ ਪ੍ਰੋਪਰਟੀ ਲਈ ਆ, ਉਹਨੂੰ ਸਰਕਾਰ ਵੇਚੇ ਅਤੇ ਲੋਕਾਂ ਨੂੰ ਪੈਸੇ ਦੇਵੇ। ਪਰ ਸਰਕਾਰ ਵੱਲੋਂ ਵੀ ਇੱਕ ਗੱਲ ਜਾਰੀ ਹੋਈ ਸੀ ਸਰਦਾਰ ਭਗਵੰਤ ਮਾਨ ਵੱਲੋਂ ਕਿ ਜਿੰਨੇ ਵੀ ਇਹਨੇ ਪ੍ਰੋਪਰਟੀ ਨਿਲਾਮ ਕਰਕੇ ਲੋਕਾਂ ਦੇ ਪੈਸੇ ਮੋੜੇ ਜਾਣਗੇ, ਇਹ ਹਾਲਾਂਕਿ ਸਰਕਾਰ ਬਣਨ ਤੋਂ ਪਹਿਲਾਂ ਵੀ ਵਾਅਦਾ ਸੀ, ਪਰ ਸਰਕਾਰ ਨੇ ਪਿਛਲੇ ਦਿਨਾਂ 'ਚ ਵੀ ਅਨਾਊਂਸ ਕੀਤਾ। ਦੇਖੋ, ਉਹ ਇੱਕ ਪੋਲੀਟੀਕਲ ਸਟੰਟ ਆ, ਵੋਟਾਂ ਲੈਣ ਲਈ ਭਗਵੰਤ ਸਿੰਘ ਨੇ ਇਹ ਉਦੋਂ ਉਹਨਾਂ ਨੂੰ ਮੁੱਦਾ ਸੀਗਾ ਪਾਰਲੀਮੈਂਟ 'ਚੋਂ ਚੱਕਦੇ, ਉਹਨਾਂ ਨੇ ਸਿਰਫ ਮੁੱਦੇ ਵਾਂਗੂ ਇਹ ਮੁੱਦੇ ਨੂੰ ਯੂਜ ਕੀਤਾ। ਅੱਜ ਤਾਂ ਉਹ ਪੰਜਾਬ ਦੀ ਸੱਤਾ 'ਤੇ ਬੈਠੇ ਆ, ਉਹ ਆਪਦੇ ਐਡਵੋਕੇਟ ਜਨਰਲ ਨੂੰ ਸੁਪਰੀਮ ਕੋਰਟ ਤਾਂ ਭੇਜਣ ਇਸ ਮਾਮਲੇ 'ਤੇ, ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆ। ਜੇ ਮੈਂ ਕਹੂੰਗਾ ਵੀ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਸੁਪਰੀਮ ਕੋਰਟ 'ਚ ਜਾ ਕੇ ਉੱਥੋਂ ਇੱਕ ਸਵਾਲ ਤਾਂ ਕਰ ਲਏ
ਕਿ ਮੇਰੇ ਸਟੇਟ ਦੇ ਘੱਟੋ ਘੱਟ 25 ਤੋਂ 30 ਲੱਖ ਨਿਵੇਸ਼ਕ ਆ, ਤੁਸੀਂ ਇੰਨੇ ਸਮੇਂ ਦਾ ਇੱਕ ਕਮੇਟੀ ਬਣੀ ਆ 2016 ਦੀ, ਅਤੇ ਉਹਨਾਂ ਨੂੰ ਕਿਉਂ ਨਹੀਂ ਪੈਸੇ ਦਿੱਤੇ? ਅਤੇ ਜਿਹੜੀਆਂ ਉਹ ਪ੍ਰੋਪਰਟੀਆਂ ਨੇ ਉਹਨਾਂ ਦਾ ਕੀ ਬਣ ਰਿਹਾ? ਭਗਵੰਤ ਸਿੰਘ ਜੀ, ਜੇ ਆਹੀ ਸਵਾਲ ਸੁਪਰੀਮ ਕੋਰਟ ਤੋਂ ਉਹਨਾਂ ਦਾ ਐਡਵੋਕੇਟ ਜਨਰਲ ਪੰਜਾਬ ਸਰਕਾਰ ਪੁੱਛ ਲਏ, ਅਸੀਂ ਇਹ ਮੰਨ ਲਾਂਗੇ ਵੀ ਭਗਵੰਤ ਮਾਨ ਇਸ ਬਾਰੇ ਸੰਜੀਦਾ, ਨਹੀਂ ਤਾਂ ਉਹ ਸਟੰਟ ਨੇ ਉਹਨਾਂ ਦੇ ਪੋਲੀਟੀਕਲ ਏਜੰਡਾ ਹੈ। ਦਾਨਗੜ ਜੀ, ਸਭ ਤੋਂ ਵੱਡੀ ਅਹਿਮ ਗੱਲ ਕਿ ਚਰਚਾ ਵਿੱਚ ਆਉਂਦੇ ਕਿ ਨਿਰਮਲ ਸਿੰਘ ਭੰਗੂ ਬਰਨਾਲਾ ਡਿਸਟ੍ਰਿਕਟ ਨਾਲ ਜੁੜੇ ਇਸ ਬਰਨਾਲੇ ਸ਼ਹਿਰ ਨਾਲ, ਕਿ ਇੱਥੋਂ ਦੁੱਧ ਦੇ ਕੰਮ ਸ਼ੁਰੂ ਕਰਕੇ ਪਾਲਡ ਕੰਪਨੀ ਖੜ੍ਹੀ ਕੀਤੀ, ਇੱਥੇ ਹੀ ਰਹਿਣ ਵਾਲੇ ਸੀ, ਉਹ ਕੀ ਸੱਚਾਈ ਹੈ? ਅਸਲ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਦਾ ਉਹਨਾਂ ਦੇ ਇਸ ਸੰਘਰਸ਼ ਵਿੱਚ ਹੋ ਕਿ ਉਹਨਾਂ ਦੇ ਪੈਸੇ, ਲੋਕਾਂ ਦੇ ਪੈਸੇ ਦਿਵਾਉਣ ਨੂੰ। ਦੇਖੋ, ਨਿਰਮਲ ਸਿੰਘ ਭੰਗੂ ਦਾ ਮੈਂ ਦੱਸਣਾ ਚਾਹੁੰਦਾ, ਜ਼ਿਲ੍ਹਾ ਰੋਪੜ ਆ, ਰੋਪੜ ਜ਼ਿਲ੍ਹੇ 'ਚ ਚਮਕੌਰ ਸਾਹਿਬ ਦੇ ਲਾਗੇ ਬੇਲਾ ਕਸਬਾ, ਉਹਦੇ ਲਾਗੇ ਛੋਟਾ ਜਿਹਾ ਪਿੰਡ ਅਟਾਰੀ ਆ। ਦੇਖੋ, ਮੀਡੀਆ 'ਚ ਮੈਨੂੰ ਵੀ ਇਹ ਗੱਲਾਂ ਬਹੁਤ ਪੁੱਛਦੇ ਆ, CID ਵਾਲੇ ਵੀ ਪੁੱਛਦੇ ਆ ਕਿ ਜੀ ਉਹ ਬਰਨਾਲੇ ਦੇ ਕਿਹੜੇ ਏਰੀਏ ਦੇ ਰਹਿਣ ਵਾਲੇ ਆ। ਬਰਨਾਲਾ ਤਾਂ ਇਸ ਕਰਕੇ ਇਹਦੇ ਵਿੱਚ ਆ ਗਿਆ ਕਿਉਂਕਿ ਅਸੀਂ ਇਹ ਸੰਘਰਸ਼ ਬਰਨਾਲੇ ਤੋਂ ਸ਼ੁਰੂ ਕਰਿਆ, ਮੇਰਾ ਆਪਦਾ ਜ਼ਿਲ੍ਹਾ, ਮੇਰਾ ਆਪਦਾ ਹਲਕਾ ਬਰਨਾਲਾ, ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਭੰਗੂ ਵੀ ਬਰਨਾਲੇ ਦਾ। ਜਿੱਦਾਂ ਦੂਜੀਆਂ ਸਟੇਟਾਂ ਦੇ ਦੂਜਿਆਂ ਜ਼ਿਲ੍ਹਿਆਂ 'ਚ ਦਫ਼ਤਰ ਨੇ, ਇੱਦਾਂ ਹੀ ਇੱਕ ਦਫ਼ਤਰ ਬਰਨਾਲੇ ਸੀ ਜਿੱਥੋਂ ਬਰਨਾਲੇ ਦੇ ਲੋਕਾਂ ਨੇ ਪੈਸਾ ਜਮ੍ਹਾਂ ਕਰਾਇਆ। ਹੋਰ ਉਹਨਾਂ ਦਾ ਬੈਕਗ੍ਰਾਊਂਡ ਨਿਰਮਲ ਸਿੰਘ ਭੰਗੂ ਦੀ, ਉਹਨਾਂ ਦੀ ਫੈਮਿਲੀ ਦੀ ਬਰਨਾਲੇ ਨਾਲ ਕੋਈ ਨਹੀਂ ਹੈ। ਜੇ ਗੱਲ ਕਰੀਏ ਕਿੰਨੇ ਕੁ ਲੋਕਾਂ ਦੇ ਪੈਸੇ ਜਿਹੜੇ ਪੰਜਾਬ 'ਚ ਕਿੰਨੇ ਹੋਣਗੇ ਜਿਹੜੇ ਇਹਨਾਂ ਦੇ ਸ਼ਿਕਾਰ ਹੋਏ ਨੇ ਜਾਂ ਪੂਰੇ ਦੇਸ਼ ਭਰ 'ਚ? ਪੂਰੇ ਦੇਸ਼ 'ਚ ਜਿਹੜੇ ਇਹਨਾਂ ਦੇ ਨਿਵੇਸ਼ਕ ਨੇ ਉਹਨਾਂ ਦੀ ਗਿਣਤੀ ਆ 5,85,00,000, ਅਤੇ ਪੰਜਾਬ ਦੇ ਵਿੱਚ 25 ਤੋਂ 30 ਲੱਖ, ਅਤੇ ਇਕੱਲੇ ਇਕੱਲੇ ਨਿਵੇਸ਼ਕ ਦਾ ਜਿਹੜਾ ਡਾਟਾ ਹੈਗਾ ਜਥੇਬੰਦੀ ਇਨਸਾਫ ਦੀ ਆਵਾਜ਼ ਦੀ ਵੈਬਸਾਈਟ ਦੇ ਉੱਤੇ ਪਿਆ। ਹਰ ਨਿਵੇਸ਼ਕ ਆਪਣੇ ਸਟੇਟਸ ਦੇਖ ਸਕਦਾ ਕਿ ਉਹਨੇ ਕਿੰਨੇ ਪੈਸੇ ਕਦੋਂ ਕਿੰਨੀ ਤਰੀਕ ਨੂੰ ਜਮ੍ਹਾਂ ਕਰਾਏ ਸੀ, ਕਿਸ਼ਤਾਂ 'ਚ ਕਰਾਏ ਸੀ ਜਾਂ ਇਕੱਠੇ ਕਰਾਏ ਸੀ। ਇਹ ਜਥੇਬੰਦੀ ਨੇ ਉਹ ਡਾਟਾ ਜਨਤਕ ਕੀਤਾ ਹੋਇਆ, ਅਤੇ ਉਹਦੇ ਹਿਸਾਬ ਨਾਲ ਸਰਕਾਰ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਇਕੱਲੇ ਇਕੱਲੇ ਨਿਵੇਸ਼ਕ ਦਾ ਸਾਡੇ ਕੋਲ ਐਡਰੈਸ ਵੀ ਹੈਗਾ, ਡਾਟਾ ਵੀ ਹੈਗਾ, ਤੁਸੀਂ ਪਹਿਲਕਦਮੀ ਤਾਂ ਕਰੋ ਲੋਕਾਂ ਨੂੰ ਪੈਸੇ ਦੇਣ ਦੀ। ਨਿਰਮਲ ਸਿੰਘ ਭੰਗੂ ਨਹੀਂ ਰਹੇ, ਲੋਕਾਂ ਦੀ ਉਮੀਦ, ਲੋਕਾਂ ਨੂੰ ਇੱਕ ਚੱਲੇ ਕਿ ਪੈਸੇ ਹੁਣ ਨਹੀਂ ਮਿਲਣਗੇ, ਕੋਈ ਉਮੀਦ ਹੈ ਅੱਗੇ ਸੰਘਰਸ਼ ਕਿਸ ਤਰ੍ਹਾਂ ਰਹੂਗਾ ਉਹਦਾ? ਦੇਖੋ, ਮੈਂ ਪਹਿਲਾਂ ਵੀ ਕਿਹਾ ਕਿ ਨਿਰਮਲ ਸਿੰਘ ਭੰਗੂ ਦੇ ਹੱਥ ਕੁਝ ਨਹੀਂ ਸੀ, ਉਹ ਖਰਾਬ ਜ਼ਰੂਰ ਕਰ ਰਿਹਾ ਸੀ, ਇਹ 'ਚ ਕੋਈ ਦੋ ਰਹਿ ਨਹੀਂ। ਉਹਨੇ ਜਿਹੜੀ ਬੇਨਾਮੀ ਪ੍ਰੋਪਰਟੀ ਲੁਕੋ ਕੇ ਰੱਖੀ ਹੋਈ ਸੀ, ਜਿਹੜੀ ਵਿਜੀਲੈਂਸ ਨੇ ਜਾਂ CBI ਨੇ ਸਾਹਮਣੇ ਨਹੀਂ ਲਿਆਂਦੀ ਹਾਲ ਤੱਕ, ਉਹਨੂੰ ਉਹ ਜ਼ਰੂਰ ਖੁਰਦ ਬੁਰਦ ਕਰ ਰਿਹਾ ਸੀ। ਪਰ ਪੈਸੇ ਦੇਣ ਦੀ ਜ਼ਿੰਮੇਵਾਰੀ RM ਲੋਢਾ ਦੀ ਆ, ਸਰਕਾਰ ਦੀ ਆ, CBI ਦੀ ਆ। ਸੁਪਰੀਮ ਕੋਰਟ ਨੇ ਸਿੱਧੀ ਸਿੱਧੀ ਪਾਵਰ ਉਸ ਕਮੇਟੀ ਨੂੰ ਦਿੱਤੀ ਹੋਈ ਆ ਪ੍ਰੋਪਰਟੀ ਵੇਚਣ ਦੀ। ਦੂਜੀ ਗੱਲ, 2 ਫਰਵਰੀ 2016 ਤੋਂ ਪਹਿਲਾਂ ਜਥੇਬੰਦੀ ਦਾ ਸੰਘਰਸ਼ ਪਰਲ ਕੰਪਨੀ ਦੇ ਖਿਲਾਫ਼ ਸੀ, ਉਹਦੀ ਮੈਨੇਜਮੈਂਟ ਦੇ ਖਿਲਾਫ਼ ਸੀ, ਨਿਰਮਲ ਸਿੰਘ ਭੰਗੂ ਦੇ ਖਿਲਾਫ਼ ਸੀ। 2 ਫਰਵਰੀ 2016 ਤੋਂ ਬਾਅਦ ਭੰਗੂ ਦੇ ਹੱਥ ਕੁਝ ਨਹੀਂ ਰਿਹਾ, ਸਾਡਾ ਜਿਹੜਾ ਸੰਘਰਸ਼ ਆ ਉਹ ਗੌਰਮੈਂਟ ਦੇ ਖਿਲਾਫ਼ ਆ। ਆਉਣ ਵਾਲੇ ਦਿਨਾਂ 'ਚ ਵੀ ਅਸੀਂ ਗੌਰਮੈਂਟ ਦੇ ਖਿਲਾਫ਼, ਜਿਹੜੇ ਮੈਡਮ ਸੀਤਾ ਰਮਨ ਨੇ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਦਿੱਤੀ ਆ ਕਿ ਅਸੀਂ ਪੀੜਤਾਂ ਨੂੰ ਪੈਸੇ ਦੇਣ ਨੂੰ ਤਿਆਰ ਹਾਂ, ਕੋਈ ਪੀੜਤ ਸਾਹਮਣੇ ਨਹੀਂ ਆ ਰਿਹਾ। ਉਹ ਬਹੁਤ ਝੂਠਾ ਅਤੇ ਹਾਸੋਹੀਣਾ ਬਿਆਨ ਹੈਗਾ। ਉਹਦੇ 'ਤੇ ਮੈਂ ਇਹੀ ਗੱਲ ਕਹੂੰਗਾ ਕਿ ਅਸੀਂ ਬਹੁਤ ਜਲਦੀ ਵੱਡੀ ਗਿਣਤੀ 'ਚ ਨਿਵੇਸ਼ਕਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਵਿੱਤ ਮੰਤਰੀ ਦੀ ਰਿਹਾਇਸ਼ 'ਤੇ ਜਾਵਾਂਗੇ, ਅਤੇ ਉਹਨਾਂ ਨੂੰ ਦੱਸਾਂਗੇ ਕਿ ਆਹ ਲੋਕ ਨੇ ਜਿਨ੍ਹਾਂ ਨੇ ਪੈਸੇ ਚਾਹੀਦੇ ਆ, ਅਤੇ ਤੁਸੀਂ ਝੂਠ ਬੋਲ ਕੇ ਪਾਰਲੀਮੈਂਟ ਨੂੰ ਅਤੇ ਪੂਰੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ। ਸਾਡੇ ਨਾਲ ਉਹ ਲੋਕ ਵੀ ਨੇ ਜਿਨ੍ਹਾਂ ਨੇ ਪੈਸੇ ਲਾਏ ਸੀ 2010 ਵਿੱਚ। ਕੀ ਨਾਮ ਹੈ ਬਾਬਾ ਜੀ? ਮੇਰਾ ਨਾਮ ਆਸਾ ਸਿੰਘ ਹੈ ਜੀ। ਕਿੰਨੇ ਕੁ ਪੈਸੇ ਲਾਏ ਸੀ ਉਸ ਟਾਈਮ ਦੇ, ਕੀ ਮਾਹੌਲ ਸੀ, ਕੀ ਸੋਚ ਨਾਲ ਪੈਸੇ ਲਾਏ ਸੀ? ਅਸੀਂ ਸੋਚ ਕੇ ਇਹ ਲਾਇਆ ਸੀਗਾ ਜੀ, ਜਿਵੇਂ ਕੋਈ ਬੱਚਤ ਕਰਦੇ ਆ ਛੋਟੀ ਛੋਟੀ ਬੱਚਤਾਂ ਨਾਲ, ਵੀ ਸਾਡੇ ਪੈਸੇ ਜਮ੍ਹਾਂ ਹੋ ਜਾਣਗੇ, ਸਾਨੂੰ ਜਦੋਂ ਬੱਚਿਆਂ ਨੂੰ ਸ਼ਾਦੀ ਕਰਨੀ ਆ, ਘਰ ਬਣਾਉਣਾ, ਉਹਦੇ ਨੂੰ ਵਧੀਆ ਪੈਸਾ ਮਿਲ ਜੂਗਾ। ਇਹ ਸੋਚ ਕੇ ਅਸੀਂ ਇਹ ਬੱਚਤ ਸ਼ੁਰੂ ਕਰੀ ਸੀਗੀ। ਇੱਕ ਦੋ ਵਾਰੀ ਸਾਨੂੰ ਪੈਸੇ ਮਿਲ ਵੀ ਗਏ ਸੀ ਲੋਕਾਂ ਨੂੰ ਵਧੀਆ, ਉਸ ਦੇ ਵਿੱਚ ਮਤਲਬ ਸੋਚ ਕੇ ਵੀ ਹਾਂ ਵਧੀਆ ਪੈਸਾ ਮਿਲ ਰਿਹਾ ਲੋਕਾਂ ਨੂੰ, ਵਧੀਆ ਪੈਸਾ ਦੇ ਰਹੀ ਆ ਕੰਪਨੀ, ਇਸ ਕਰਕੇ ਅਸੀਂ ਪੈਸਾ ਹੋਰ ਲਾਤਾ ਜੀ। ਕਿੰਨੇ ਕੁ ਪੈਸੇ ਲਾਏ ਸੀ? ਮੇਰਾ 9-10 ਲੱਖ ਰੁਪਈਆ ਮੇਰਾ ਆਪਦਾ ਜੀ, ਅਤੇ ਬਾਕੀ ਲੋਕਾਂ ਦੇ ਜਿਹਨਾਂ ਦੇ ਮੇਰੇ ਆਂਢ ਗੁਆਂਢ ਸੀ ਉਹਨਾਂ ਦੇ ਵੀ ਪੈਸੇ ਨੇ ਜੀ।
ਤੁਸੀਂ ਕਿਸ ਤਰ੍ਹਾਂ ਦਾ ਇਨਸਾਫ ਵਾਸਤੇ ਕਿੱਥੇ ਕਿੱਥੇ ਧਰਨੇ ਦਿੱਤੇ, ਕਿਸ ਤਰ੍ਹਾਂ ਇਕੱਠੇ ਹੋਏ, ਕਿੰਨੇ ਕੁ ਲੋਕ ਤੁਹਾਡੇ ਨਾਲ ਇਸ ਸੰਘਰਸ਼ 'ਚ ਰਹੇ? ਅਸੀਂ ਬਹੁਤ ਸਾਰੇ ਪੰਜਾਬ ਦੇ ਵਿੱਚ ਧਰਨੇ ਲਾ ਕੇ ਜੀ ਲੋਕਾਂ ਨੂੰ ਇਕੱਠੇ ਕਰਿਆ, ਬਾਹਰਲੀਆਂ ਸਟੇਟਾਂ 'ਚ ਵੀ ਜਾ ਕੇ ਆਪਣੀ ਪੂਰੇ ਇੰਡੀਆ ਦੀ ਇਹ ਧਰਨੇ ਹੋਏ ਹਨ, ਜੰਤਰ ਮੰਤਰ 'ਤੇ ਜਾ ਕੇ ਧਰਨੇ ਦਿੱਤੇ ਆ ਜੀ। ਅਤੇ ਫਿਰ ਹੀ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਵੀ 2 ਫਰਵਰੀ 2016 ਨੂੰ ਫੈਸਲਾ ਹੋਇਆ ਸੀ ਵੀ ਇਹ ਲੋਕਾਂ ਦੇ ਪੈਸੇ ਮੋੜੋ। ਲੋਢਾ ਕਮੇਟੀ ਬਣਾਈ ਗਈ ਆ, ਹੁਣ ਲੋਢਾ ਕਮੇਟੀ ਦੇ ਜੇ ਰਿਟਾਇਰ ਜੱਜ ਆ, ਹੁਣ ਲੋਢਾ ਕਮੇਟੀ ਲੋਕਾਂ ਨੂੰ ਕੋਈ ਪੈਸਾ ਦੇ ਨਹੀਂ ਦੇ, ਉਹ ਜਿਵੇਂ ਜਿਸ ਤਰ੍ਹਾਂ ਦੇ ਰਹੀ ਹੈ ਇਸ ਤਰ੍ਹਾਂ ਤੋਂ 50 ਸਾਲ ਨਹੀਂ ਪੈਸੇ ਦੇਣੀ। ਹੁਣ ਅਸੀਂ 5,000 ਦੇ ਰਹੇ ਹਾਂ ਜੀ, ਹੁਣ ਅਸੀਂ 10,000 ਦੇ ਰਹੇ ਹਾਂ, ਜਦੋਂ ਜਿਹਦੇ ਲੱਖ ਲੱਖ 2-2 ਲੱਖ ਰੁਪਏ ਉਹ ਕਦੋਂ ਦੇਣਗੇ ਜੀ ਲੋਢਾ ਕਮੇਟੀ ਵਾਲੇ? ਨਿਰਮਲ ਸਿੰਘ ਭੰਗੂ ਦੀ ਮੌਤ ਹੁੰਦੀ ਹੈ ਅਤੇ ਉਹਨੇ ਬੇਟੀ ਵੀ ਕਹਿ ਰਹੀ ਹੈ, ਪਹਿਲਾਂ ਮੌਜੂਦਾ ਸਰਕਾਰ ਭਗਵੰਤ ਮਾਨ ਨੇ ਵੀ ਕਿਹਾ ਕਿ ਅਸੀਂ ਨਿਲਾਮੀ ਕਰਕੇ ਪ੍ਰੋਪਰਟੀਆਂ ਪੈਸੇ ਮੋੜਾਂਗੇ, ਹੁਣ ਉਹਨੇ ਬੇਟੀ ਵੀ ਕਹਿ ਰਹੀ ਹੈ ਪੈਸੇ ਮੋੜਾਂਗੇ, ਕਿਸ ਤਰ੍ਹਾਂ ਦੇਖਦੇ? ਕਹਿ ਤਾਂ ਰਹੇ ਹਾਂ ਜੀ ਸਾਰੇ ਪੈਸੇ ਮੋੜਾਂਗੇ। ਪਹਿਲਾਂ ਭਗਵੰਤ ਮਾਨ ਨੇ ਵੀ ਜਦੋਂ ਵੋਟਾਂ ਤੋਂ ਪਹਿਲਾਂ ਮਤਲਬ ਕਿਹਾ ਸੀ ਵੀ ਅਸੀਂ ਇਸ ਪਹਿਲ ਦੇ ਆਧਾਰ 'ਤੇ ਮੁੱਦਾ ਰੱਖਾਂਗੇ, ਪਾਵਰ ਕੰਪਨੀ ਦੇ ਪੀੜਿਤ ਲੋਕਾਂ ਦਾ ਹੀ ਪੈਸਾ ਦੇਵਾਂਗੇ। ਉਸ ਤੋਂ ਬਾਅਦ ਹੁਣ ਵਿੱਤ ਮੰਤਰੀ ਸੀਤਾਰਮਨ ਨੇ ਵੀ ਬਿਆਨ ਦਿੱਤਾ ਹੈ ਵੀ ਅਸੀਂ ਪੈਸੇ ਦੇਣ ਨੂੰ ਤਿਆਰ ਹਾਂ ਜੀ, ਅਤੇ ਕੋਈ ਲੈਣ ਨਹੀਂ ਆ ਰਿਹਾ। ਦੱਸੋ ਜੀ ਉੱਥੇ ਕੌਣ ਲੈਣ ਜਾਊਗਾ? ਅਸੀਂ ਦੇਣ ਨੂੰ ਤਿਆਰ ਹਾਂ ਵੀ ਲੈਣ ਲੈਣ ਕਿਉਂ ਨਹੀਂ? ਅਸੀਂ ਤਾਂ ਜੇਤਲੀ ਤੱਕ ਆਪਣੇ ਜੀ ਜੋ ਪਹਿਲਾਂ ਮੰਤਰੀ ਜੇਤਲੀ ਵੀ ਮਿਲਿਆ ਜੀ, ਸਾਰਾ ਕੁਝ ਸਰਕਾਰ ਨੂੰ ਪਤਾ ਹੁੰਦੇ ਹੋਏ ਵੀ ਇਹ ਐਸੇ ਬੁੱਧੂ ਬਣਾ ਰਹੇ ਲੋਕਾਂ ਨੂੰ। ਬਹੁਤ ਲੋਕ ਹੋਣਗੇ ਇਸ ਸੰਘਰਸ਼ ਅਡੀਕ 'ਚ ਬੈਠੇ ਹੋਣਗੇ ਜਿਹੜੇ ਅਡੀਕ ਤੋਂ ਜਿਨ੍ਹਾਂ ਨੇ ਲੋੜਵੰਦ ਨੂੰ ਪੈਸੇ ਲਾਏ ਸੀ, ਕਿਸ ਤਰ੍ਹਾਂ ਹਾਲਾਤ? ਹਾਂਜੀ ਹਾਂਜੀ, ਇਹ ਬਿਆਨ ਦੇ ਨਾਲ ਤਾਂ ਐਂ ਹੋਊਗਾ ਲੋਕਾਂ ਨੂੰ ਵੀ ਹੁਣ ਸਾਡਾ ਪੈਸਾ ਮਿਲ ਜੂਗਾ, ਪਰ ਸਾਨੂੰ ਉਮੀਦ ਨਹੀਂ ਵੀ ਇਸ ਹਿਸਾਬ ਨਾਲ ਪੈਸਾ ਮਿਲੂਗਾ। ਜਿਸ ਤਰ੍ਹਾਂ ਮਤਲਬ ਇਹਨਾਂ ਲੜਕੀ ਨੇ ਬਿਆਨ ਦਿੱਤਾ ਸੀ ਪੈਸੇ ਦੇਣ ਨੂੰ ਤਿਆਰ ਹਾਂ, ਵੀ ਤਿਆਰ ਹਾਂ ਤਾਂ ਕਿਸ ਤਰ੍ਹਾਂ ਤਿਆਰ ਹਾਂ, ਸਾਨੂੰ ਸਮਝ ਤਾਂ ਆਵੇ ਜੀ ਕਿਸ ਤਰ੍ਹਾਂ ਪੈਸਾ ਦੇਣਗੇ। ਉਮੀਦ ਹਜੇ ਵੀ ਲੋਕਾਂ ਦੀ ਕਾਇਮ ਹੈ ਨਿਰਮਲ ਸਿੰਘ ਭੰਗੂ ਦੀ ਹਾਲਾਂਕਿ ਮੌਤ ਹੋ ਗਈ। ਇਹਨਾਂ ਦਾ ਕਹਿਣਾ ਹੈ ਕਿ ਇਹ ਕੋਰਟ ਵਿੱਚ ਫੈਸਲਾ ਜਾ ਚੁੱਕਿਆ ਸੀ, ਕੋਰਟ ਨੇ ਵੀ ਜਾਰੀ ਕਰ ਦਿੱਤਾ ਸੀ ਕਿ ਜਿਹੜੇ ਲੋਕਾਂ ਦੇ ਪੈਸੇ ਲੱਗੇ ਆ ਉਹਨਾਂ ਦੇ ਪੈਸੇ ਮੋੜੇ ਜਾਣ। ਹਾਲਾਂਕਿ ਸਰਕਾਰ ਨੇ ਵੀ ਕਿਹਾ ਹੈ ਕਿ ਨਿਲਾਮੀ ਕਰਕੇ ਪੈਸੇ ਮੋੜੇ ਜਾਣਗੇ, ਪਰ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਸੰਘਰਸ਼ ਪਹਿਲਾਂ ਵੀ ਜਾਰੀ ਸੀ, ਹੁਣ ਵੀ ਜਾਰੀ ਰਹੂਗਾ ਜਦੋਂ ਤੱਕ ਜਿਹੜੇ ਲੋਕਾਂ ਦੇ ਪੈਸੇ ਨਹੀਂ ਮੁੜਦੇ। ਬਰਨਾਲਾ ਤੋਂ ਅਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ।